ਆ 4 ਸਾਲ ਦੀ ਹੈ ਜੀ, 4 ਦੰਦ ਦੀ ਆ। 4 ਸਾਲ ਦੀ ਹੈ, 4 ਦੰਦ। ਆ ਲੀਲੀ ਹੈ ਜੀ, ਲੀਲੀ ਚੰਬੀ। ਕਾਫੀ ਜਾਨਵਰ ਤੁਸੀਂ ਨੇੜੇ-ਨੇੜੇ ਹੀ ਬੰਨੇ ਹੋਏ ਆ, ਇਹ ਨੁਕਸਾਨ ਨਹੀਂ ਕਰਦੇ? ਨਹੀਂ ਜੀ, ਕਰ ਡਿਮਾਂਡ ਕਰਦੇ ਹੋ ਇਹਦਾ ਜੀ 1.5 ਲੱਖ ਰੁਪਇਆ। 1.5 ਲੱਖ? ਹਾਂਜੀ। ਇਹਦੀ ਕਿੰਨੀ ਉਮਰ ਹੋ ਚੁੱਕੀ ਹੈ? ਇਹਦੀ ਜੀ ਹੋਊਗੀ 11 ਕੁ ਮਹੀਨਿਆਂ ਦੀ। 11 ਮਹੀਨਿਆਂ ਦੀ? ਹਾਂਜੀ। ਕੋਈ ਅਗਲੀ ਦੀ? ਆਹ ਬੱਚੀ ਆ ਜੀ, ਆਹ 14-15 ਮਹੀਨਿਆਂ ਦੀ ਆ। ਕਿਸਾਨ ਵੀਰੋ, ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕਾਫੀ ਸਾਰੇ ਜਾਨਵਰ ਦਿਖਾਉਣ ਜਾ ਰਹੇ ਹਾਂ ਜਿਹੜੇ ਮੀਡੀਅਮ ਰੇਂਜ ਦੇ ਨੇ, ਅਤੇ ਤੁਸੀਂ ਕੀਮਤ ਅਤੇ ਕੁਆਲਿਟੀ ਖੁਦ ਜੱਜ ਕਰ ਲਿਓ। ਵੀਰ ਦਲਜੀਤ ਸਿੰਘ ਜੀ ਲੋਪੋ ਦੇ ਜਾਨਵਰ ਦਿਖਾਉਣੇ ਆ, ਤਕਰੀਬਨ 45-46 ਉਹ ਕਹਿ ਰਹੇ ਆ ਵੀ ਅਸੀਂ ਜਾਨਵਰ ਆ ਜਿਹੜੇ ਹਰ ਸਮੇਂ ਰੱਖਦੇ ਹਾਂ ਜੋ ਸੇਲ ਦੇ ਲਈ ਮੌਜੂਦ ਹੁੰਦੇ ਆ। ਆਓ ਦੋਸਤੋ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਪਹੁੰਚੇ ਹੋ? ਲੋਪੋ ਤੋਂ ਜੀ। ਕਿਹੜੇ ਜ਼ਿਲ੍ਹੇ 'ਚ ਪੈਂਦਾ? ਮੋਗੇ 'ਚ ਜੀ। ਮੋਗੇ ਸਰ ਕਿੰਨੇ ਜਾਨਵਰ ਲੈ ਕੇ ਆਏ ਹੋ? 45-46 ਜਾਨਵਰ ਸੀ। 45-46 ਜੀ। 46 ਜਾਨਵਰ ਲੈ ਕੇ ਆਏ, ਕੁਛ ਸੇਲ ਵੀ ਕੀਤਾ ਹੁਣ? ਹਾਂਜੀ ਸੇਲ ਕੀਤੇ। ਕਿੰਨੇ ਸੇਲ ਕਰਤੇ? ਮੈਨੂੰ ਲੱਗਦਾ ਜੀ 30 ਸੇਲ ਕਰਤੇ ਹੋਣਗੇ। 30 ਸੇਲ ਕਰਤੇ? ਹਾਂਜੀ। ਜਿਹੜੇ ਬੱਚੇ ਹੋਏ ਨੇ ਸਾਨੂੰ ਉਹਨਾਂ ਦੀ ਆਪਣੇ? ਹਾਂਜੀ। ਆ ਬੱਚੀ ਆ ਜੀ? ਬੱਚੀ ਆ। ਹਾਂਜੀ। ਕਿਹੜੀ ਬਲੱਡ ਲਾਈਨ ਤੋਂ ਸਰ? ਆ ਹਮੋਰ ਵਾਲੇ ਦੀ ਬਲੱਡ ਰੇਂਜ ਤੋਂ। ਮੋਰ ਵਾਲੇ ਦੀ ਬਲੱਡ ਰੇਂਜ ਤੋਂ ਆ ਜੀ। ਤੇ ਕਿੰਨੀ ਉਮਰ ਹੋ ਚੁੱਕੀ ਆ, ਕੀ ਡਿਮਾਂਡ ਕਰਦੇ ਹੋ? ਆ 14 ਕੁ ਮਹੀਨਿਆਂ ਦੀ ਆ ਜੀ। 14 ਮਹੀਨਿਆਂ ਦੀ? ਹਾਂਜੀ। ਕੀ ਡਿਮਾਂਡ ਕਰਦੇ ਹੋ? ਇਹਦੀ ਡਿਮਾਂਡ ਆ ਜੀ 1.5 ਲੱਖ ਰੁਪਇਆ। 1.5 ਲੱਖ ਦੀ? ਹਾਂ। ਕੁਛ ਲੱਗਿਆ ਵੀ ਹੁਣ ਤੱਕ? ਹਾਂਜੀ ਲੱਗੀ ਜਾਂਦੇ ਆ। ਕਿੰਨੇ ਕਾ? 31 ਤੂੰ ਲੱਗੀ ਜਾਂਦੇ। 31 ਤੂੰ? ਹਾਂਜੀ। ਅਗਲੀ ਦਿਖਾਓ। ਉਹ ਸਾਨੂੰ ਅਗਲਾ ਜਾਨਵਰ ਵੀ ਦਿਖਾਓ, ਕੀ ਇਹਦੀ ਡਿਮਾਂਡ ਕਰਦੇ ਹੋ, ਕਿੰਨੀ ਇਹਦੀ ਉਮਰ ਆ ਜਿਹੜੀ ਹੋ ਚੁੱਕੀ ਹੈ, ਗੱਭਣਾ ਜਾਂ ਖਾਲੀ ਹੈ? 5 ਸਾਲ ਵੀਰੇ। 5 ਸਾਲ? ਹਾਂਜੀ ਸਰ। ਤੇ ਗੱਭਣਾ? ਗੱਭਣਾ ਜੀ, 1 ਮਹੀਨਾ ਹੋ ਗਿਆ ਘੋੜਾ ਦਿੱਤੇ ਨੂੰ। 1 ਮਹੀਨਾ ਹੋ ਗਿਆ? ਹਾਂਜੀ। ਤੇ ਕੀ ਡਿਮਾਂਡ ਕਰਦੇ ਇਹਦੀ? ਇਹਦਾ 1.5 ਲੱਖ ਜੀ। ਇਹਦਾ 1.5 ਲੱਖ? ਹਾਂਜੀ। ਤੇ ਅੱਗੇ ਵਾਲਾ ਵੀ ਦਿਖਾਓ ਸਾਨੂੰ। ਆ ਘੋੜੀ ਆ ਜੀ। ਇਹ ਘੋੜੀ ਹੈ ਕਿਹੜੀ ਬਾਈ ਦੇ? ਜਿਵੇਂ ਉਹ ਨੁਬਰੀ ਬਾਈ ਦੇ? ਆ ਲੀਲੀ ਆ ਜੀ। ਨੀਲੀ? ਹਾਂਜੀ। ਮੱਝੂ ਕਿਆ? ਹਾਂਜੀ। ਕਿਹੜੀ ਬਲੱਡ ਲਾਈਨ ਚੋਂ ਆ? ਆ ਮੱਝੂ ਕਿਆਲੇ ਬਲੱਡ ਲਾਈਨ ਚੋਂ। ਇਹਦਾ ਕੀ ਮੰਗਦੇ ਹੋ? ਇਹਦਾ ਜੀ 1 ਲੱਖ ਰੁਪਇਆ। ਕਿੰਨੀ ਉਮਰ ਹੋ ਚੁੱਕੀ ਹੈ ਜੀ? ਇਹਦੀ 5 ਸਾਲ 6 ਸਾਲ ਹੋ ਗਿਆ। ਹੁਣ ਗੱਭਣਾ ਜਾਂ ਖਾਲੀ? ਗੱਭਣਾ ਜੀ, 8 ਮਹੀਨਿਆਂ ਦੀ। 8 ਮਹੀਨਿਆਂ? ਹਾਂਜੀ। ਚੈੱਕ ਹੈ? ਹਾਂਜੀ ਚੈੱਕ ਹੋਈ ਹੈ। ਕਿਹੜੇ ਘੋੜੇ ਤੋਂ ਕ੍ਰੋਸਿੰਗ ਕਰਾਈ ਹੈ? ਆ ਕਰੀ ਆ ਜੀ ਆਪਣੇ ਕੋਲੇ। ਕਰੀ ਰੱਖਿਆ? ਹਾਂਜੀ। ਕੀ ਨਾਮ ਹੈ ਤੁਹਾਡੇ ਘੋੜੇ ਦਾ? ਡੈਮਟ ਜੀ। ਡੈਮਟ? ਹਾਂਜੀ। ਓਕੇ ਸਰ। ਆ ਨੈਕਸਟ ਵਾਲਾ ਦੇਖੋ। ਇਹ ਕਿਹੜਾ ਕਲਰ ਆ ਸਰ, ਕੀ ਵੱਜਦਾ ਇਹ? ਆ ਕਾਲਾ ਕਲ ਚੰਬਾ ਵੱਜਦਾ ਜੀ, ਕਾਲੀ ਚੰਬੀ। ਹਾਂਜੀ। ਤੇ ਇਹਦੀ ਕੀ ਡਿਮਾਂਡ ਕਰਦੇ ਹੋ? ਇਹਦਾ ਵੀ 1 ਲੱਖ ਰੁਪਈਆ। ਸੇਮ ਹੀ 1 ਲੱਖ ਰੁਪਈਆ? ਹਾਂਜੀ। ਕਿੰਨੀ ਉਮਰ ਹੋ ਚੁੱਕੀ ਹੈ ਜੀ? ਇਹਦੀ 4 ਸਾਲ ਜੀ। 4 ਸਾਲ? ਹਾਂਜੀ। ਗੱਭੜ ਚੈੱਕ ਹੈ ਹੁਣ? ਨਹੀਂ ਜੀ, ਮਹੀਨਾ ਹੀ ਹੋਇਆ ਇਹਨੂੰ ਵੀ। ਮਹੀਨਾ ਹੀ ਹੋਇਆ? ਕਿੰਨੇ ਸੂਏ ਸੂ ਚੁੱਕੀ ਹੈ ਇਹ? 1 ਸੂਆ ਦੇ ਚੁੱਕੀ ਹੈ। 1 ਸੂਆ ਦੇ ਚੁੱਕੀ ਹੈ? ਹਾਂਜੀ। ਅੱਗੇ ਵਾਲੀ ਉਹ ਨੈਕਸਟ ਕਾਲੀ ਦੇ ਆ 4 ਸਾਲ ਦੀ ਹੈ ਜੀ, 4 ਦੰਦ ਦੀ ਆ। 4 ਸਾਲ ਦੀ ਹੈ, 4 ਦੰਦ ਹੈ? ਹਾਂਜੀ। ਇਹਦੀ ਕੀ ਡਿਮਾਂਡ ਕਰਦੇ ਹੋ? ਇਹਦਾ 1.5 ਲੱਖ ਰੁਪਇਆ ਜੀ। ਕਿੰਨੀ ਹਾਈਟ ਹੋ ਚੁੱਕੀ ਹੈ ਇਹਦੀ? ਇਹਦੀ 60। 60 ਕੁ ਹਾਈਟ ਹੈ? ਹਾਂਜੀ। ਕਿੰਨੇ ਸੂਏ ਸੂ ਚੁੱਕੀ ਹੈ ਇਹ? ਆ 1 ਸੂ ਚੁੱਕੀ ਹੈ ਜੀ। 1 ਸੂ ਸੂਈ ਹੈ? ਹਾਂਜੀ। ਹੁਣ 8 ਮਹੀਨਿਆਂ ਦੀ ਗੱਭਣਾ ਜੀ। 8 ਮਹੀਨਿਆਂ ਦੀ ਗੱਭਣਾ? ਹਾਂਜੀ। ਓਕੇ। ਅਗਲੀ ਨੀਲੀ ਚੰਬੀ? ਹਾਂਜੀ। ਇਹਦੀ ਕੀ ਡਿਮਾਂਡ ਕਰਦੇ ਹੋ ਸਰ? ਇਹਦਾ 1 ਲੱਖ ਰੁਪਇਆ ਜੀ। 1 ਲੱਖ ਰੁਪਇਆ? ਹਾਂਜੀ। ਇਹ ਕਿੰਨੇ ਚਿਰ ਦੀ ਗੱਭਣਾ? ਆਹ ਗੱਭਣਾ ਜੀ 6 ਮਹੀਨਿਆਂ ਦੀ। 6 ਮਹੀਨਿਆਂ ਦੀ? ਹਾਂਜੀ। ਇਹਦੀ ਕੀ ਡਿਮਾਂਡ ਕਰਦੇ ਹੋ? ਆ ਜੀ ਆ ਦੂਜੇ ਲਾਲ ਆ, ਬੱਚੀ ਆ ਜੀ। ਹਾਂਜੀ। 1 ਸਾਲ ਹੋ ਚੁੱਕੀ ਹੈ? 1 ਸਾਲ? ਹਾਂਜੀ। ਤੇ ਕੀ ਡਿਮਾਂਡ ਕਰਦੇ ਹੋ ਜੀ? ਇਹਦੀ 50,000। 50,000 ਰੁਪਇਆ? ਤੇ ਅਸੀਂ ਕਾਫੀ ਸਾਰੇ ਜਾਨਵਰ ਦੇਖਦੇ, ਇਹਦੇ ਗਿੱਡਾਂ ਵਗੈਰਾ ਵੱਧ ਆਈਆਂ ਹੋਈਆਂ ਆਈ ਇੱਥੇ ਮੇਲੇ ਤੇ ਆ ਕੇ ਮਾੜਾ ਮੋਟਾ ਬੈ ਵਾਧੀ ਹੋ ਜਾਂਦੀ ਹੈ। ਘਰੇ ਤਾਂ ਰਾਸ਼ਨ ਉਸੋਂ ਮਸਾਲਾ ਮਸੂਲਾ ਪਾ ਦੇਈ ਦੀ ਆ। ਅਗਲਾ ਵੀ ਜਾਨਵਰ ਦੇਖੋ, ਮੱਥੇ 'ਚ ਫੁੱਲ ਆ ਪੱਕੀ ਦਾ। ਡਿਮਾਂਡ ਕਰਦੇ? ਇਹਦਾ 1.5 ਲੱਖ ਰੁਪਇਆ। 1.5 ਲੱਖ? ਹਾਂਜੀ। ਕੁਛ ਲੱਗਿਆ ਵੀ ਹੁਣ ਤੱਕ? ਹਾਂਜੀ ਲੱਗੀ ਜਾਂਦਾ।
ਇਹ ਵਾਲੀ ਦੀ ਥੋੜੀ ਸਾਨੂੰ ਅਪਡੇਟ ਦੁਬਾਰਾ ਦਿਓ, ਕਾਫੀ ਘੱਟ ਰੰਗ ਦੇਖਣ ਨੂੰ ਮਿਲਦਾ ਹੈ। ਆ ਲੀਲੀ ਆ ਜੀ, ਲੀਲੀ ਚੰਬੀ। ਕਾਫੀ ਜਾਨਵਰ ਤੁਸੀਂ ਨੇੜੇ ਨੇੜੇ ਬੰਨੇ ਹੋਏ ਆ, ਇਹ ਨੁਕਸਾਨ ਨਹੀਂ ਕਰਦੇ? ਨਹੀਂ ਜੀ, ਕਰਦੇ ਆ, ਵਸਾੜੀਆਂ ਲਾਈਆਂ ਹੁੰਦੀਆਂ ਜੀ। ਵੀਰ ਹੋਰਾਂ ਕੋਲ ਕਾਫੀ ਸਾਰੇ ਜਾਨਵਰ ਹੈ, ਤੇ ਵੀਰ ਇਹਦਾ ਕੀ ਡਿਮਾਂਡ ਕਰਦੇ ਹੋ? ਇਹਦਾ ਜੀ 1.5 ਲੱਖ ਰੁਪਇਆ। 1.5 ਲੱਖ? ਹਾਂਜੀ। ਇਹਦੀ ਕਿੰਨੀ ਉਮਰ ਹੋ ਚੁੱਕੀ ਹੈ? ਇਹਦੀ ਜੀ ਹੋਊਗੀ 11 ਕੁ ਮਹੀਨਿਆਂ ਦੀ। 11 ਮਹੀਨਿਆਂ ਦੀ? ਹਾਂਜੀ। ਤੇ ਅਗਲੀ ਦੀ? ਆਹ ਬੱਚੀ ਆ ਜੀ, ਆਹ 14-15 ਮਹੀਨਿਆਂ ਦੀ ਆ। ਇਹਦੀ ਕੀ ਡਿਮਾਂਡ ਕਰਦੇ? ਇਹਦਾ 1 ਲੱਖ ਰੁਪਇਆ ਜੀ। 1 ਲੱਖ ਰੁਪਇਆ? ਹਾਂਜੀ। ਆਹ ਜੀ ਬੱਚੀ ਆ 14 ਕੁ ਮਹੀਨਿਆਂ ਦੀ। ਕਿਹੜੀ ਬਲੱਡ ਲਾਈਨ 'ਚੋਂ ਜੀ ਇਹ? ਆਹ ਉਹ ਬਲੱਡ ਰੈਨ ਚੋਂ ਵੀਰੇ, ਹਮੋਰ ਵਾਲੇ ਤੋਂ। ਹਮੋਰ ਵਾਲੇ? ਹਾਂਜੀ। ਇਹਦੀ ਕਿੰਨੀ ਉਮਰ ਹੋ ਚੁੱਕੀ ਹੈ? ਇਹਦੀ 13-14 ਮਹੀਨੇ ਸੇਮ ਹੀ ਹੋਈ। ਹਾਂ, ਡਿਮਾਂਡ ਕਰਦੇ ਹੋ ਸਰ? ਇਹਦਾ 81 ਜੀ। 81? ਹਾਂਜੀ। ਬਛੇਰਾ ਕਿ ਬਛੇਰੀ? ਬਛੇਰੀ ਆ ਜੀ। ਬਛੇਰੀ? ਹਾਂਜੀ। ਆਹ ਵਾਲੀ ਬਛੇਰੀ ਆ ਜੀ, ਆ ਵੀ ਬਛੇਰੀ ਆ। ਹਾਂਜੀ। ਇਹਦੀ ਕੀ ਡਿਮਾਂਡ ਕਰਦੇ ਹੋ? ਇਹ ਸੇਮ ਹੀ ਆ ਜੀ, ਦੋਨਾਂ ਦਾ ਇੱਕ ਰੇਟ। 81 ਜੀ। 81? ਕਿੰਨੀ ਉਮਰ ਹੋ ਚੁੱਕੀ ਹੈ ਇਹਨਾਂ ਦੀ? ਆਹ ਤਾਂ ਜੀ ਸਾਲਕ ਦੀ ਆ। ਕਿੱਥੋਂ ਤੱਕ ਛੱਡ ਦਿਓਗੇ? ਡੇਢ ਡੂਢ ਦੇ ਨੇ। ਡੇਢ ਡੂਢ ਦੀ ਛੱਡ ਦਿਓਗੇ? ਹਾਂਜੀ। ਜ਼ਿਲ੍ਹਾ ਜੀ ਮੋਗਾ, ਪਿੰਡ ਲੋਪੋ। ਫੋਨ ਨੰਬਰ? ਮੋਬਾਈਲ ਨੰਬਰ? 9235-9004-4। ਹਾਂਜੀ। ਵਟਸਐਪ ਵੀ ਚੱਲਦਾ ਸਰ? ਹਾਂਜੀ। ਹਾਂ ਕਿਸਾਨ ਵੀਰੋ, ਤੁਸੀਂ ਦੇਖ ਸਕਦੇ ਹੋ ਵੀਰ ਹੋਰਾਂ ਕੋਲ ਕਾਫੀ ਸਾਰੇ ਜਾਨਵਰ ਨੇ, ਤੇ ਤਕਰੀਬਨ ਸਾਰੇ ਹੀ ਅਸੀਂ ਕਵਰ ਕਰ ਚੁੱਕੇ ਹਾਂ। ਇੱਕ ਸਟੋਕ ਥੋੜ੍ਹਾ ਜਿਹਾ ਇਹਨਾਂ ਕੋਲ ਹੋਰ ਪਿਆ ਹੈਗਾ, ਉਹ ਵੀ ਅਸੀਂ ਇਦੋਂ ਬਾਅਦ ਵਾਲੀ ਵੀਡੀਓ 'ਚ ਕਵਰ ਕਰਾਂਗੇ। ਜੇ ਕੋਈ ਵੀਰ ਇੰਟਰਸਟਡ ਹੋਵੇ ਤਾਂ ਵੀਰ ਹੋਰਾਂ ਨਾਲ ਸੰਪਰਕ ਕਰ ਸਕਦਾ। ਤਕਰੀਬਨ ਮੀਡੀਅਮ ਰੇਂਜ ਦੇ ਕਾਫੀ ਸਾਰੇ ਜਾਨਵਰ ਇਹਨਾਂ ਕੋਲ ਮੌਜੂਦ ਨੇ ਸਰ। ਮੇਲੇ ਤੇ ਤੁਸੀਂ ਇਹ ਲੈ ਕੇ ਆਏ ਹੋ ਜਾਂ ਘਰੇ ਵੀ ਹਰ ਟਾਈਮ ਤੁਹਾਡੇ ਕੋਲ ਜਾਨਵਰ? ਘਰੇ ਵੀ ਹੁੰਦੇ ਆ ਜੀ। ਕਿਸਾਨ ਵੀਰੋ, ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਹੀ ਆਉਂਦਾ ਬੈੱਲ ਆਈਕਨ ਪ੍ਰੈਸ ਕਰੋ ਤਾਂ ਕਿ ਇੱਦਾਂ ਦੀਆਂ ਇੰਟਰਸਟਿੰਗ ਵੀਡੀਓ ਪਹੁੰਚ ਸਕਣ ਤੁਹਾਡੇ ਮੋਬਾਈਲ 'ਤੇ ਸਭ ਤੋਂ ਪਹਿਲਾਂ। ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਇੱਕ ਨਵੀਂ ਜਾਣਕਾਰੀ ਦੇ ਨਾਲ। ਧੰਨਵਾਦ ਮੇਰੇ ਦੋਸਤੋ।